ਇਹਦਾ ਸਮੂਥ ਦਾ ਫਾਰਮੂਲਾ ਹੈ ਕਿ ਅਗਰ ਖੰਘ ਹੋਵੇ ਨਾ ਤੇ ਇਦਾਂ ਗਰਮ ਪਾਣੀ ਦੇ ਵਿੱਚ ਥੋੜਾ ਜਿਹਾ ਸ਼ਹਿਦ ਪਾ ਕੇ ਪੀਣਾ ਚਾਹੀਦਾ। ਇੱਕ ਜਿਹੜਾ ਮੈਂ ਕੁਐਸਚਨ ਉਹਨਾਂ ਨੂੰ ਪੁੱਛਿਆ ਸੀ ਨਾ ਕੁਆਈਟ ਇੰਪੋਰਟੈਂਟ, ਉਹ ਇਹ ਸੀਗਾ ਕਿ ਯਾਰ ਵਾਏ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਹੈਗੀ ਕਿਉਂ ਹੈ ਇੰਨੀ ਅੱਛੀ, ਵਾਏ ਦੇ ਵੈਲਕਮ ਪੀਪਲ ਫਰੋਮ ਡਿਫਰੈਂਟ ਕੰਟਰੀਜ਼। ਵਾਹ ਚੱਲ ਰਹੀ ਹੈ ਸ਼ਦੀਦ, ਗੈਟ ਯੋਰ ਟੈਨਿੰਗ ਡਨ ਹੇਅਰ, ਗੈਟ ਯੋਰ ਵਿਟਾਮਿਨ ਡੀ। ਦਿਸ ਇਜ਼ ਆਵਰ ਮਸਜਿਦ ਮਾਸ਼ਾਅੱਲਾ, ਨੀਲੀ ਮਸਜਿਦ। ਇਨਵੈਸਟਮੈਂਟ ਇਜ਼ ਯੋਰ ਟਾਈਮ, ਇਨਵੈਸਟਮੈਂਟ ਗੱਡੀ ਚਲਾਉਂਦੇ ਹੋਏ ਅੰਦਰਲੇ ਪਾਸੇ ਮਿਸਟ ਜੀ ਬਹੁਤ ਇਕੱਠੀ ਹੁੰਦੀ ਹੈ ਗੱਡੀਆਂ ਦੇ। ਅਸਲਾਮ ਵਾਲੇਕੁਮ, ਵੈਲਕਮ ਬੈਕ ਟੂ ਮਾਈ ਚੈਨਲ ਵਲੈਤੀ ਵਲਾਗਰ, ਇੱਕ ਹੋਰ ਵਲਾਗ ਲੈ ਕੇ ਆ ਗਿਆ। ਅੱਜ 20 ਅਕਤੂਬਰ ਆ, ਜੁੰਮੇ ਦਾ ਦਿਨ ਆ, ਸਕੂਲੋਂ ਛੁੱਟੀਆਂ ਹੋ ਗਈਆਂ ਹੋਈਆਂ ਨੇ, ਇਸ ਲਈ ਬੇਟਾ ਘਰ ਆ ਅਤੇ ਉਹਦੀ ਵਜ੍ਹਾ ਤੋਂ ਮੈਂ ਵੀ ਹੁਣ ਛੁੱਟੀਆਂ ਲਈਆਂ ਨੇ 2-3 ਦਿਨਾਂ ਦੀਆਂ। ਅਤੇ ਸੁਬਹ ਸੁਬਹ ਉੱਠੇ ਹਾਂ, ਮਾਸ਼ਾਅੱਲਾ ਵੈਦਰ ਦੇਖ ਕੇ ਤਾਂ ਦਿਲ ਹੀ ਖੁਸ਼ ਹੋ ਗਿਆ। ਮੂਸਲਾਧਾਰ ਬਾਰਿਸ਼ ਹੋ ਰਹੀ ਔਰ ਹਵਾ ਦੇ ਚੱਕਰ ਚੱਲਣ ਡਏ ਨੇ। ਇੱਕ ਤਾਂ ਨਾ ਨੋਰਮਲ ਬਾਰਿਸ਼ ਪੈ ਰਹੀ ਹੈ, ਇਹ ਨਾ ਹਵਾ ਦੇ ਨਾਲ ਇੱਧਰ ਉੱਧਰ ਅਲੱਦ ਫਲੱਦ ਹੋਇਆ ਪਿਆ। ਅਤੇ ਬਹਰਹਾਲ ਇੰਗਲੈਂਡ ਦੇ ਵਿੱਚ ਨਾ ਤੁਹਾਨੂੰ ਫੁੱਲ ਪੈਕੇਜ ਹੀ ਲੈਣਾ ਪੈਂਦਾ, ਤੁਸੀਂ ਪੈਕੇਜ ਚੂਜ਼ ਨਹੀਂ ਕਰ ਸਕਦੇ। ਵੈਦਰ ਜਿੱਦਾਂ ਦਾ ਵੀ ਹੈਗਾ ਇੱਦਾਂ ਦਾ ਹੀ ਆ। ਬਿਊਟੀ ਇੱਥੇ ਦੇ ਵੈਦਰ ਦੀ ਇਹ ਆ ਬੇਸਿਕਲੀ, ਇੱਥੇ ਵੈਦਰ ਦੀ ਨਹੀਂ, ਇੱਥੇ ਦੇ ਨਿਜ਼ਾਮ ਦੀ। ਵੈਦਰ ਜਿੱਦਾਂ ਦਾ ਵੀ ਆ, ਤੁਸੀਂ ਜੇ ਕੰਮ 'ਤੇ ਜਾਣਾ ਤੁਸੀਂ ਕੰਮ 'ਤੇ ਜਾਣਾ, ਤੁਸੀਂ ਹਸਪਤਾਲ ਜਾਣਾ, ਤੁਸੀਂ ਗਰੋਸਰੀ ਕਰਨੀ, ਤੁਸੀਂ ਜੋ ਵੀ ਕਰਨਾ ਨਾ, ਦੈਟ ਕੀਪਸ ਗੋਇੰਗ ਔਨ, ਕੁਛ ਵੀ ਨਹੀਂ ਰੁਕਦਾ ਹੈਗਾ। ਹੁਣ ਮੈਂ ਬਸ ਬ੍ਰੈਕਫਾਸਟ ਦੀ ਤਿਆਰੀ ਕਰਦਾ, ਬ੍ਰੈਕਫਾਸਟ ਕਰਦੇ ਹਾਂ, ਰੈਸਟ ਕਰਦੇ ਹਾਂ ਮਾੜਾ ਮੋਟਾ, ਰੈਸਟ ਹੀ ਕਰਨਾ ਹੁਣ ਜਦੋਂ ਟਾਈਮ ਔਫ ਲਿਆ ਹੋਇਆ ਕੰਮ ਤੋਂ, ਅਤੇ ਫਿਰ ਦੇਖਦੇ ਹਾਂ ਕੀ ਕਰਨਾ। ਜਮਾਂ ਵੀ ਪੜ੍ਹਨ ਜਾਣਾ ਆ, ਅਤੇ ਅਗਰ ਵੈਦਰ ਅੱਛਾ ਹੋ ਗਿਆ ਦੈਨ ਵਿਲ ਡੂ ਸਮਥਿੰਗ ਇਨ ਦਾ ਈਵਨਿੰਗ। ਬੇਟੇ ਨੂੰ ਖੰਘ ਜੀ ਹੋਈ ਹੋਈ ਆ, ਅਤੇ ਮੇਰਾ ਅਜ਼ਮੂਦ ਦਾ ਫਾਰਮੂਲਾ ਹੈ ਕਿ ਅਗਰ ਖੰਘ ਹੋਵੇ ਨਾ ਤਾਂ ਇੱਦਾਂ ਗਰਮ ਪਾਣੀ ਦੇ ਵਿੱਚ ਥੋੜ੍ਹਾ ਜਿਹਾ ਸ਼ਹਿਦ ਪਾ ਕੇ ਪੀਣਾ ਚਾਹੀਦਾ, ਉਹਦੇ ਨਾਲ ਨਾ ਜ਼ਰਾ ਸੂਦਿੰਗ ਰਿਲੈਕਸੇਸ਼ਨ ਮਿਲਦੀ ਆ, ਜ਼ਰਾ ਈਜ਼ ਹੋ ਜਾਂਦਾ ਹੈ ਬੰਦਾ। Here is your honey drink. Look at this weather. Look at this weather. ਹਵਾ ਚੱਲ ਰਹੀ ਹੈ ਸ਼ਦੀਦ ਔਰ ਮੀਂਹ ਨਾਲ, ਨਾਟ ਐਨ ਆਈਡੀਅਲ ਕੰਬੀਨੇਸ਼ਨ ਐਟ ਆਲ। ਸੋ ਦਾ ਡੀਲ ਇਜ਼ ਵੀ ਆਰ ਆਫ ਟੂ ਮਸਜਿਦ ਨਾਓ, ਜਿਵੇਂ ਪੜ੍ਹਨ ਚੱਲੇ ਹਾਂ, ਅਤੇ ਉੱਥੋਂ ਵਾਪਸੀ 'ਤੇ ਨਾ ਲਿਡਲ ਜਾਣਾ ਛੋਟਾ ਜਿਹਾ, ਕਾਫੀ ਮੁੱਕੀ ਹੋਈ ਹੈ ਯਾਰ, ਕਾਫੀ ਪੀਣੀ ਹੈ, ਅਤੇ ਜਸਟ ਕਨ ਗੋ ਇਨ ਐਂਡ ਆਊਟ। ਥੋੜ੍ਹਾ ਤੁਹਾਨੂੰ ਪ੍ਰਾਈਸਿਸ ਦਾ ਵੀ ਆਈਡੀਆ ਦੇਵਾਂਗੇ ਉੱਥੇ ਪ੍ਰਾਈਸਿਸ ਕਿੱਦਾਂ ਹੁੰਦੀਆਂ ਨੇ। ਸੋ ਲੈਟਸ ਗੋ, ਗੈਟ ਯੋਰ ਟੈਨਿੰਗ ਡਨ ਹੇਅਰ, ਗੈਟ ਯੋਰ ਵਿਟਾਮਿਨ ਡੀ। ਇੱਥੇ ਧੁੱਪ ਨਹੀਂ ਨਿਕਲਦੀ, ਇੱਥੇ ਫਿਰ ਅਜੇ ਸਟੂਡੀਓ 'ਚ ਜਾ ਕੇ ਧੁੱਪ ਸੇਕੀ ਦੀ ਹੈ। ਦਿਸ ਇਜ਼ ਆਵਰ ਮਸਜਿਦ ਮਾਸ਼ਾਅੱਲਾ, ਨੀਲੀ ਮਸਜਿਦ। ਆ ਇੱਕ ਸੈਕਿੰਡ ਆ, ਨਾਲ ਐਕਸਟੈਂਸ਼ਨ ਦਾ ਕੰਮ ਚੱਲ ਰਿਹਾ। ਵੀ ਇਨਵੈਸਟ ਸੋ ਮਚ ਟਾਈਮ, ਸੋ ਮਚ ਪਲੈਨਿੰਗ ਐਂਡ ਸੋ ਮਚ ਮਨੀ ਇਨਟੂ ਦਾ ਵੈਡਿੰਗ ਡੇਟ, ਬਟ ਨਾਟ ਇਨਟੂ ਦਾ ਮੈਰਿਜ। ਐਂਡ ਇਨਵੈਸਟਮੈਂਟ ਇਜ਼ ਨਾਟ ਜਸਟ ਯੋਰ ਮਨੀ, ਇਨਵੈਸਟਮੈਂਟ ਇਜ਼ ਯੋਰ ਟਾਈਮ। ਅਲਹਮਦੁਲਿਲਾ, ਜੁਮਾ ਪੜ੍ਹ ਹੋ ਗਿਆ, ਹੁਣ ਬਸ ਨਾ ਕਾਫੀ ਮੁੱਕੀ ਹੋਈ ਆ, ਇੱਕ ਛੋਟਾ ਜਿਹਾ ਟ੍ਰਿਪ ਲਾਉਂਦੇ ਹਾਂ। ਇੱਕ ਜਰਮਨ ਸੁਪਰ ਸਟੋਰ ਆ, ਆਲਡੀ, ਆਲਡੀ ਆ ਲਿਡਲ, ਆਈ ਥਿੰਕ ਆਲਡੀ, ਉੱਥੇ ਚੱਲਦੇ ਹਾਂ, ਕਾਫੀ ਲੈਂਦੇ ਹਾਂ ਦੰਦਲ ਕੋ। ਇੱਕ ਛੋਟਾ ਜਿਹਾ ਰਿਟੇਲ ਪਾਰਕ ਹੈ ਇੱਥੇ, 2-3 ਦੁਕਾਨਾਂ ਨੇ, ਅਤੇ ਉਹ ਆਲਦੀ ਆ, ਇੱਥੇ ਆਪਾਂ ਜਾਣਾ। ਲੁੱਕ ਐਟ ਦਿਸ ਪੀਲਡ ਪੋਟੇਟੋਸ, ਨਾਈਸ, ਯੂ ਵੋਂਟ ਇਵਨ ਹੈਵ ਟੂ ਪੀਲ ਦੈਮ। ਹਾਊ ਮੱਚ? ਆਈ ਥਿੰਕ 38 ਪੀ, ਲਾਈਟ ਮੇਓ 69 ਪੀ, ਵਾਟਸ ਦੈਟ? ਇਵੈਪੋਰੇਟਿਡ ਮਿਲਕ, ਵਾਟ ਮਿਲਕ ਇਜ਼ ਦੈਟ? ਇਵੈਪੋਰੇਟਿਡ, ਸੋ ਇਜ਼ ਦੈਟ ਨਾਟ ਕੰਡੈਂਸ ਮਿਲਕ? Rice pudding. What is that? Rice pudding is rice pudding. Warm it, eat it. 25p. Here the coffee is. And the big tub of Japan is 259. That's Americano. And I think that's all they do. Is evaporated milk condensed milk? That's decaf, but I'm not after decaf. Let's buy 2 of these. There we go. Yeah.
Here we are, short and sweet trip to Aldi, a German supermarket. Prices are very competitive. When you have a market, you can see that Tesco, Sainsbury's, and the prices are very high. If you have a price, you can see that it's cheap. Cost of living crisis. ਆਨਾ ਗੱਡੀ ਚਲਾਉਂਦੇ ਹੋਏ ਅੰਦਰਲੇ ਪਾਸੇ ਮਿਸਟ ਜੀ ਬਹੁਤ ਇਕੱਠੀ ਹੁੰਦੀ ਹੈ ਗੱਡੀਆਂ ਦੇ ਜੇ ਤੁਸੀਂ ਹੀਟਿੰਗ ਚਲਾਓ ਫਿਰ ਗੱਡੀ ਗਰਮ ਬਹੁਤ ਹੋ ਜਾਂਦੀ ਹੈ ਕੋਟ ਛੋਟ ਪਾਏ ਹੁੰਦੇ ਫੇਰ ਗਰਮੀ ਲੱਗਣ ਲੱਗ ਪੈਂਦੀ ਹੈ ਤੇ ਇਹ ਬਸ ਮੈਨੂੰ ਉਲਝਣ ਆ ਬਾਕੀ ਮੈਨੂੰ ਕੋਈ ਮਸਲਾ ਨਹੀਂ ਹੈਗਾ ਕੁਝ ਲੋਕ ਹੁੰਦੇ ਨੇ ਵੈਸੇ ਉਹਨਾਂ ਨੂੰ ਇਹੋ ਜਿਹੇ ਵੈਦਰ ਤੋਂ ਨਾ ਸਟ੍ਰੈਸ ਹੋਣ ਲੱਗ ਪੈਂਦੀ ਹੈ ਸ਼ਾਇਦ ਹੋਣ ਲੱਗ ਪੈਂਦੀ ਹੋਵੇ ਸ਼ਾਇਦ ਅੱਲਾ ਰਹਿਮ ਕਰੇ ਮੈਨੂੰ ਵੀ ਹੋਣ ਲੱਗ ਪਏ ਹੋਰ ਕੁਝ ਸਾਲਾਂ ਨੂੰ ਪਰ ਹਾਲੇ ਤੱਕ ਅਲਹਮਦੁਲਿਲਾ ਸ਼ਾਂਤੀ ਹੈ ਕੰਮ ਲੋ ਜੀ ਆ ਗਏ ਕੰਮ ਪੁਖਤਾ ਆ ਕੇ ਸਾਰੇ ਜੁਮਾ ਪੜ ਆਏ ਆ ਮਾਸ਼ਾਅੱਲਾ ਔਰ ਕਾਫੀ ਲੈਣੀ ਸੀ ਕਾਫੀ ਮੁੱਕੀ ਹੋਈ ਸੀ ਕਾਫੀ ਦਿਨਾਂ ਦੀ ਉਹ ਵੀ ਲੈ ਲਈ ਹੈ ਹੁਣ ਕਾਫੀ ਬਣਾ ਲਈ ਹੈ ਕਾਫੀ ਪੀਣੀ ਹੈ ਕਾਫੀ ਇੰਜੋਏ ਕਰਨੇ ਆ ਇੱਕ ਮੈਂ ਗੱਲ ਕਰਨਾ ਚਾਹ ਰਿਹਾ ਸੀਗਾ ਥੋੜ੍ਹਾ ਸਾਰਿਆਂ ਨਾਲ ਅੱਜ ਕੱਲ੍ਹ ਨਾ ਲੋਕ ਬਾਹਰ ਜਾ ਰਹੇ ਨੇ ਕੁਝ ਮੁਲਕਾਂ ਦੇ ਵਿੱਚ ਸਪੈਸ਼ਲੀ ਕੈਨੇਡਾ ਵੱਲ ਬਹੁਤ ਰੁਝਾਨ ਆ ਲੋਕਾਂ ਦਾ ਉਹਦੀ ਵਜ੍ਹਾ ਇਹ ਆ ਕਿ ਕੈਨੇਡਾ ਦੇ ਵਿੱਚ ਨਾ ਬੇਸਿਕਲੀ ਵੈਲਕਮ ਕੀਤਾ ਜਾਂਦਾ ਹੈ ਲੋਕਾਂ ਨੂੰ ਉਹਨਾਂ ਦੀ ਨਾ ਇਮੀਗ੍ਰੇਸ਼ਨ ਪਾਲਿਸੀ ਬਹੁਤ ਅੱਛੀ ਆ ਐਜੂਕੇਸ਼ਨ ਸਿਸਟਮ ਬਹੁਤ ਅੱਛਾ ਹੈ ਉਹ ਵੈਲਕਮ ਕਰਦੇ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਜਿਹੜੇ ਲੋਕ ਜਾਣਾ ਚਾਹੁੰਦੇ ਨੇ ਨਾ ਉਹਨਾਂ ਵਾਸਤੇ ਮੇਰੀ ਐਡਵਾਈਸ ਇਹ ਹੈ ਕਿ ਕਿਸੇ ਹੋਰ ਮੁਲਕਾਂ 'ਚ ਨਾ ਜਾਣ ਕੋਸ਼ਿਸ਼ ਕਰਨ ਐਸੇ ਮੁਲਕਾਂ 'ਚ ਜਾਣ ਜਿੱਥੇ ਇੰਗਲਿਸ਼ ਬੋਲੀ ਜਾਂਦੀ ਹੈ ਤਾਂ ਕਿ ਉੱਥੇ ਜਾ ਕੇ ਉਹਨਾਂ ਨੂੰ ਕਮਿਊਨੀਕੇਸ਼ਨ ਦਾ ਕੋਈ ਮਸਲਾ ਨਾ ਹੋਵੇ ਸੈਕੰਡਲੀ ਉਹਨਾਂ ਮੁਲਕਾਂ ਦੇ ਵਿੱਚੋਂ ਵੀ ਨਾ ਕੈਨੇਡਾ ਨੂੰ ਪਿੱਕ ਕਰੋ ਕੈਨੇਡਾ ਦੀ ਬੇਸਿਕਲੀ ਇਮੀਗ੍ਰੇਸ਼ਨ ਪਾਲਿਸੀ ਬਹੁਤ ਅੱਛੀ ਆ ਉੱਥੇ ਜਗ੍ਹਾ ਬਹੁਤ ਆ ਜੀਓਗ੍ਰਾਫੀਕਲੀ ਅਕੋਮੋਡੇਟ ਕਰਨ ਵਾਸਤੇ ਜਿਹੜੇ ਬਾਕੀ ਛੋਟੇ ਮੁਲਕ ਨੇ ਨਾ ਉਹਨਾਂ ਦੇ ਨਖਰੇ ਕਰਨ ਦੀ ਵਜ੍ਹਾ ਇੱਕ ਇਹ ਵੀ ਹੁੰਦੀ ਹੈ ਕਿ ਉਹਨਾਂ ਕੋਲ ਜਗ੍ਹਾ ਹੀ ਨਹੀਂ ਹੈਗੀ ਪੁੱਛੇ ਜੇ ਨਾ ਮੈਂ ਵੀ ਕੈਨੇਡਾ ਦੀ ਇਮੀਗ੍ਰੇਸ਼ਨ ਵਾਸਤੇ ਇੰਟਰਸਟਡ ਸੀਗਾ ਤੇ ਮੈਂ ਕਾਫੀ ਰਿਸਰਚ ਕੀਤੀ ਸੀਗੀ ਉੱਥੇ ਦੇ ਇੱਕ ਸੋਲਿਸਟਰ ਨੂੰ ਮੈਂ ਹਾਇਰ ਕਰਨਾ ਚਾਹ ਰਿਹਾ ਸੀਗਾ ਉਹਨਾਂ ਦੇ ਨਾਲ ਇੱਕ ਮੇਰੀ ਡਿਟੇਲਡ ਕਨਵਰਸੇਸ਼ਨ ਵੀ ਹੋਈ ਸੀ ਇੱਕ ਜਿਹੜਾ ਮੈਂ ਕੁਐਸਚਨ ਉਹਨਾਂ ਨੂੰ ਪੁੱਛਿਆ ਸੀ ਨਾ ਕੁਆਈਟ ਇੰਪੋਰਟੈਂਟ ਉਹ ਇਹ ਸੀਗਾ ਕਿ ਯਾਰ ਵਾਈ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਹੈਗੀ ਕਿਉਂ ਹੈ ਇੰਨੀ ਅੱਛੀ ਵਾਈ ਦੇ ਵੈਲਕਮ ਪੀਪਲ ਫਰੋਮ ਡਿਫਰੈਂਟ ਕੰਟਰੀਜ਼ ਅਤੇ ਉਹ ਸੋਲਿਸਟਰ ਨੇ ਮੈਨੂੰ ਕਿਹਾ ਸੀਗਾ ਕਿ ਬੇਸਿਕਲੀ ਨਾ ਇੱਥੇ ਜਨਰੇਸ਼ਨ ਗੈਪ ਆਇਆ ਹੋਇਆ ਇੱਕ ਲੋਕ ਨੇ ਜਿਹੜੇ ਰਿਟਾਇਰ ਹੋ ਰਹੇ ਨੇ ਆਪਣੀ ਪੋਜੀਸ਼ਨਾਂ ਤੋਂ ਰਿਟਾਇਰਮੈਂਟ ਏਜ ਤੇ ਪਹੁੰਚੇ ਹੋਏ ਨੇ ਔਰ ਜਿਹੜੇ ਲੋਕਾਂ ਨੇ ਉਹਨਾਂ ਨੂੰ ਫਿਲ ਇਨ ਕਰਨਾ ਹੈ ਨਾ ਉਹ ਲੋਕ ਮਿਸਿੰਗ ਨੇ ਜਿਹੜੀ ਮਤਲਬ ਇੱਕ ਜਨਰੇਸ਼ਨ ਰਿਟਾਇਰ ਹੋ ਰਹੀ ਆ ਅਤੇ ਦੂਸਰੀ ਜਨਰੇਸ਼ਨ ਜਨਾਬ ਸਕੂਲਾਂ ਕਾਲਜਾਂ ਦੇ ਵਿੱਚ ਹਾਲੇ ਅਤੇ ਇਸ ਲਈ ਵਿੱਚ ਦਰਮਿਆਨ ਦੇ ਵਿੱਚ ਇੱਕ ਜਨਰੇਸ਼ਨ ਗੈਪ ਆ ਉਸ ਗੈਪ ਨੂੰ ਫਿਲ ਕਰਨ ਵਾਸਤੇ ਨਾ ਉੱਥੇ ਇਮੀਗ੍ਰੇਸ਼ਨ ਬੁਲਾਈ ਜਾਂਦੀ ਆ ਹੁਣ ਆਹ ਜਿਹੜੇ 2 ਸਾਲ ਨੇ ਮੇਰੇ ਖਿਆਲ 2 ਜਾਂ 3 ਆਈ ਥਿੰਕ 23, 24, 25 ਤਿੰਨ ਸਾਲ ਇਹਨਾਂ ਤਿੰਨਾਂ ਸਾਲਾਂ ਦੇ ਵਿੱਚ ਨਾ ਉਹਨਾਂ ਨੇ ਇੱਕ ਪੋਲਿਸੀ ਦਿੱਤੀ ਪਤਾ ਨਹੀਂ 5 ਲੱਖ ਉਹਨਾਂ ਨੇ ਸਕਿੱਲਡ ਵਰਕਰਸ ਉੱਥੇ ਲੈ ਕੇ ਜਾਣੇ ਨੇ ਅਤੇ ਸਕਿੱਲਡ ਵਰਕਰ ਜਦੋਂ ਕਹਿੰਦੇ ਨੇ ਨਾ ਉਹ ਇਟ ਮੀਨਸ ਐਵਰੀਥਿੰਗ ਯਾਰ ਡਾਕਟਰਸ ਇੰਜੀਨੀਅਰਸ ਅਕਾਊਂਟੈਂਟਸ ਟੀਚਰਸ ਬਿਲਡਿੰਗ ਵਰਕ ਵਾਲੇ ਪਲੰਬਰ ਇਲੈਕਟ੍ਰੀਸ਼ੀਅਨ ਐਵਰੀਬਾਡੀ ਉਹਦੇ 'ਚ ਇਨਕਲੂਡਿਡ ਹੁੰਦਾ ਅਤੇ ਅਗਰ ਤੁਹਾਡੇ ਕੋਲ ਕੋਈ ਸਕਿੱਲ ਹੈਗੀ ਹੈ ਨਾ ਤਾਂ ਇਹ ਨਾ ਸਮਝੋ ਕੋਈ ਸਕਿੱਲ ਛੋਟੀ ਹੈ ਵੱਡੀ ਹੈ ਉਹਦੀ ਵੈਲਿਊ ਨਹੀਂ ਹੈਗੀ ਹਰ ਚੀਜ਼ ਦੀ ਵੈਲਿਊ ਔਰ ਉੱਥੇ ਡਿਮਾਂਡ ਆ ਅਤੇ ਐਜੂਕੇਸ਼ਨ ਦੇ ਥਰੂ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਨਾ ਕੈਨੇਡਾ ਦੇ ਵਿੱਚ ਐਜੂਕੇਸ਼ਨ ਦੇ ਥਰੂ ਉੱਥੇ ਜਾਣ ਦਾ ਫਾਇਦਾ ਇਹ ਹੈ ਕਿ ਤੁਸੀਂ ਉੱਥੋਂ ਕੋਈ ਕੋਰਸ ਕਰ ਲਿਆ ਨਾ ਅਤੇ ਉਸ ਕੋਰਸ ਦੀ ਬੇਸ 'ਤੇ ਤੁਹਾਨੂੰ ਵਰਕ ਪਰਮਿਟ ਮਿਲ ਜਾਂਦਾ ਆ ਅਗਰ ਉਹ ਆਈ ਥਿੰਕ 9 ਮਹੀਨੇ ਤੋਂ ਘੱਟ ਦਾ ਕੋਰਸ ਆ ਨਾ ਫਿਰ ਤੁਹਾਨੂੰ ਕੋਈ ਵਰਕ ਪਰਮਿਟ ਨਹੀਂ ਮਿਲਣਾ ਕਿਉਂਕਿ ਉਹਨਾਂ ਦਾ ਰੂਲ ਆ ਅਗਰ 9 ਮਹੀਨੇ ਤੋਂ ਘੱਟ ਵਾਲਾ ਕੋਰਸ ਆ ਦੈਨ ਯੂ ਨੀਡ ਟੂ ਕੰਪਲੀਟ ਯੂਅਰ ਕੋਰਸ ਐਂਡ ਗੋ ਹੋਮ ਅਗਰ ਉਹ 9 ਮਹੀਨੇ ਤੋਂ ਜ਼ਿਆਦਾ ਆ 10 ਮਹੀਨੇ ਜਾਂ 10 ਮਹੀਨੇ ਤੋਂ ਜ਼ਿਆਦਾ ਆ ਫਿਰ ਤੁਹਾਨੂੰ ਨਾ ਵਰਕ ਪਰਮਿਟ ਮਿਲ ਜਾਂਦਾ ਆ ਲੇਕਿਨ ਉਹਦੇ 'ਚ ਵੀ ਕੰਡੀਸ਼ਨ ਇਹ ਆ ਕਿ ਅਗਰ ਤੁਹਾਡਾ 10 ਮਹੀਨੇ ਦਾ ਕੋਰਸ ਆ ਨਾ ਤੁਹਾਨੂੰ ਵਰਕ ਪਰਮਿਟ ਵੀ 10 ਮਹੀਨੇ ਦਾ ਮਿਲੇਗਾ ਅਗਰ ਤੁਹਾਡਾ ਸਾਲ ਦਾ ਕੋਰਸ ਆ ਤੁਹਾਨੂੰ ਵਰਕ ਪਰਮਿਟ ਵੀ ਸਾਲ ਦਾ ਮਿਲੇਗਾ ਅਗਰ 2 ਸਾਲ ਦਾ ਕੋਰਸ ਤੁਹਾਡਾ ਜਿਹੜੀ ਕਿ ਨੋਰਮਲ ਡਿਗਰੀ ਦੀ ਡਿਊਰੇਸ਼ਨ ਹੁੰਦੀ ਆ ਫਿਰ ਤੁਹਾਨੂੰ 2 ਸਾਲ ਤੋਂ ਜ਼ਿਆਦਾ ਦਾ ਵੀ ਵਰਕ ਪਰਮਿਟ ਮਿਲ ਸਕਦਾ ਆ ਅਤੇ ਜਦੋਂ ਵਰਕ ਪਰਮਿਟ ਮਿਲ ਜਾਂਦਾ ਹੈ ਨਾ ਫਿਰ ਤੁਹਾਨੂੰ ਇਨਸ਼ਾਅੱਲਾ ਨੌਕਰੀ ਮਿਲ ਜਾਂਦੀ ਆ ਜਦੋਂ ਤੁਹਾਨੂੰ ਨੌਕਰੀ ਮਿਲ ਗਈ ਫਿਰ ਤੁਸੀਂ ਆਪਣਾ ਵਰਕ ਪਰਮਿਟ ਨਾ ਉਸ ਪੋਸਟ ਦੀ ਵਰਕ ਪਰਮਿਟ ਤੋਂ ਕਨਵਰਟ ਕਰਾ ਕੇ ਇੱਕ ਜਿਹੜਾ ਸਟੈਂਡਰਡਾਈਜ਼ਡ ਵਰਕ ਪਰਮਿਟ ਹੁੰਦਾ ਉੱਥੇ ਕਨਵਰਟ ਕਰਾ ਲੈਂਦੇ ਹੋ ਫਿਰ ਅੱਗੇ PR ਹੋ ਜਾਂਦੀ ਹੈ ਨੈਸ਼ਨੈਲਿਟੀ ਮਿਲ ਜਾਂਦੀ ਆ ਤਾਂ ਡਿਟੇਲ ਦੇ ਨਾਲ ਨਾ ਇਨਸ਼ਾਅੱਲਾ ਮੈਂ ਕਿਸੇ ਹੋਰ ਵੀਡੀਓ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਐਕਸਪਲੇਨ ਕਰਾਂਗਾ ਲੇਕਿਨ ਅਗਰ ਇੰਟਰਸਟਡ ਹੋ ਅਗਰ ਮਤਲਬ ਕੋਈ ਵੀ ਬੰਦਾ ਇੰਟਰਸਟਡ ਆ ਬਾਹਰ ਜਾਣ ਵਾਸਤੇ ਤਾਂ ਮੇਰੀ ਐਡਵਾਈਸ ਇਹ ਹੈ ਕਿ ਕੈਨੇਡਾ ਵੱਲ ਜਾਓ ਲੈਂਗੁਏਜ ਦਾ ਉੱਥੇ ਕੋਈ ਮਸਲਾ ਨਹੀਂ ਹੈਗਾ ਮੈਜੋਰਿਟੀ ਆਫ ਕੈਨੇਡਾ ਦੇ ਵਿੱਚ ਲੈਂਗੁਏਜ ਦਾ ਕੋਈ ਮਸਲਾ ਨਹੀਂ ਹੈ ਕਿਉਂਕਿ ਕੈਨੇਡਾ ਦੇ ਵੀ ਕੁਝ ਪਾਰਟਸ ਹੈਗੇ ਨੇ ਜਿੱਥੇ ਫ੍ਰੈਂਚ ਬੋਲੀ ਜਾਂਦੀ ਹੈ ਤੁਸੀਂ ਉਹਨਾਂ ਨੂੰ ਅਵਾਈਡ ਕਰੋ ਨਾ ਜਾਓ ਉੱਥੇ ਸਪੈਸ਼ਲੀ ਉਹ ਨੇ ਜਿਹੜਾ ਆਟਵਾ ਵਾਲਾ ਇਲਾਕਾ ਨਾ ਮੌਂਟਰੀਅਲ ਆਟਵਾ ਅਤੇ ਜਿੱਥੇ ਜਿਹੜਾ ਕੈਪੀਟਲ ਆ ਉਹਨਾਂ ਦਾ ਹੁਣ ਕੈਪੀਟਲ ਦਾ ਪਤਾ ਨਹੀਂ ਕੀ ਨਾਮ ਆ ਆਰ ਨੋ ਹੁਣ ਰੇਂਜ ਨਹੀਂ ਹੈਗਾ ਉਹ ਸਾਈਡ 'ਤੇ ਫ੍ਰੈਂਚ ਬੋਲੀ ਜਾਂਦੀ ਹੈ ਬਾਕੀ ਸਾਰੇ ਕੈਨੇਡਾ ਦੇ ਵਿੱਚ ਬੋਲੀ ਜਾਂਦੀ ਹੈ ਇੰਗਲਿਸ਼ ਉੱਥੇ ਜਾਓ ਉੱਥੇ ਇਮੀਗ੍ਰੇਸ਼ਨ ਵੀ ਛੇਤੀ ਹੋ ਜਾਂਦੀ ਹੈ ਅਗਰ ਤੁਸੀਂ ਸਟੱਡੀ ਵੀਜ਼ਾ 'ਤੇ ਜਾਣਾ ਆ ਸਟੱਡੀ ਵੀਜ਼ਾ ਪੋਸਟ ਸਟੱਡੀ ਵਰਕ ਪਰਮਿਟ ਦੇ ਵਿੱਚ ਵੀ ਕਨਵਰਟ ਹੋ ਜਾਂਦਾ ਹੈ ਅਤੇ ਡਿਟੇਲ ਦੇ ਨਾਲ ਮੈਂ ਫਿਰ ਕਦੇ ਗੱਲ ਕਰਾਂਗਾ ਅੱਜ ਦੇ ਵਲੋਗ ਨੂੰ ਮੇਰਾ ਖਿਆਲ ਹੈ ਇੱਥੇ ਐਂਡ ਕਰਦੇ ਹਾਂ ਹੁਣ ਤਕਰੀਬਨ ਬਸ ਸ਼ਾਮ ਹੋਣ ਵਾਲੀ ਹੈ ਹੁਣ ਅਕਤੂਬਰ ਹੈਗਾ ਇੱਥੇ ਅਕਤੂਬਰ 'ਚ ਹਨੇਰਾ ਛੇਤੀ ਹੋ ਜਾਂਦਾ ਆ ਅਤੇ ਬਸ ਇਸ ਵਲੋਗ ਨੂੰ ਇੱਥੇ ਮੁਕਾਉਂਦੇ ਹਾਂ ਅਤੇ ਇਨਸ਼ਾਅੱਲਾ ਫਿਰ ਕਿਸੇ ਦਿਨ ਹੁਣ ਅਗਲੇ ਵਲੋਗ ਦੇ ਵਿੱਚ ਡਿਟੇਲ ਨਾਲ ਮੈਂ ਗੱਲ ਕਰਾਂਗਾ ਇਸ ਇਮੀਗ੍ਰੇਸ਼ਨ ਪ੍ਰੋਸੈਸ ਦੇ ਉੱਤੇ ਆਪਣਾ ਖਿਆਲ ਰੱਖਿਓ ਤੁਹਾਡਾ ਮੁਲਾਕਾਤ ਹੋਈ ਅਗਲੀ ਵੀਡੀਓ ਦੇ ਵਿੱਚ